ਨਮਸਕਾਰ ਦੋਸਤੋ, ਮੈਂ ਲਿਸ ਨੈਨੀ ਇੰਸਟੀਟਿਊਟ ਪਟਿਆਲਾ ਤੋਂ। ਪਹਿਲਾਂ ਤਾਂ ਥੈਂਕ ਯੂ ਸੋ ਮੱਚ ਕਿ ਤੁਸੀਂ ਸਾਡੀ ਵੀਡੀਓਜ਼ ਨੂੰ ਇੰਨਾ ਕੁ ਲਾਈਕ ਕਰ ਰਹੇ ਹੋ, ਸਾਨੂੰ ਕਮੈਂਟ ਕਰ ਰਹੇ ਹੋ ਅਤੇ ਸਾਡੇ ਕੋਲ ਆਪਣਾ ਫੀਡਬੈਕ ਬਹੁਤ ਪੋਜ਼ਿਟਿਵ ਭੇਜ ਰਹੇ ਹੋ ਸਾਨੂੰ। ਮੇਰੀ ਵੀਡੀਓ ਦੇ ਉੱਤੇ ਤੁਸੀਂ ਦੇਸ਼ਾਂ ਵਿਦੇਸ਼ਾਂ ਤੋਂ ਮੈਨੂੰ ਕਾਲ ਆ ਰਹੇ, ਥੈਂਕ ਯੂ ਸੋ ਮੱਚ ਫੋਰ ਦੈਟ। ਇੰਨਾ ਪਿਆਰ ਲਈ ਤੁਹਾਡੇ ਲਈ ਧੰਨਵਾਦ। ਅੱਜ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਤੁਹਾਨੂੰ ਕੁਛ ਅਪਡੇਟ ਦੇ ਸਕਾਂ, ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਦੇ ਸਕਾਂ ਜਿਹੜੇ ਤੁਹਾਡੇ ਕੰਮ ਆ ਸਕੇ। ਪਹਿਲਾਂ ਤਾਂ ਆਪਾਂ ਨੈਨੀ ਵੀਜ਼ਾ ਬਾਰੇ ਗੱਲ ਕਰ ਲੈਂਦੇ ਹਾਂ ਕਿ ਸਾਨੂੰ ਕਾਲ ਆ ਰਹੀ ਹੈ ਕਿ ਮੈਮ ਥੋੜ੍ਹਾ ਜਿਹਾ ਅਪਡੇਟ ਦੇ ਦਿਓ ਨੈਨੀ ਦੇ ਵੀਜ਼ਾ ਬਾਰੇ, ਕੁਛ ਕਿਸ ਤਰ੍ਹਾਂ ਫਾਈਲ ਦਾ ਪ੍ਰੋਸੈਸ ਹੁੰਦਾ, ਕਿਵੇਂ ਫਾਈਲ ਲੱਗਦੀ ਹੈ, ਪਤਾ ਕਿਵੇਂ ਚੱਲੂਗਾ ਕਿ ਕਿਸ ਤਰ੍ਹਾਂ ਹੈ ਨਾ ਸਾਡੀ ਫਾਈਲ ਲੱਗੀ ਹੈ। ਤਾਂ ਮੈਂ ਅੱਜ ਤੁਹਾਨੂੰ ਉਸ ਬਾਰੇ ਗੱਲ ਕਰਾਂਗੀ। ਤੁਸੀਂ ਮੇਰੀ ਵੀਡੀਓ ਐਂਡ ਤੱਕ ਦੇਖਿਓ, ਤੁਹਾਨੂੰ ਕੋਈ ਨਾ ਕੋਈ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਤੁਹਾਡੇ ਰਿਲੇਟਡ ਹੋਏਗੀ ਉਹ ਸ਼ਾਇਦ ਦੇਣ ਦੀ ਮੈਂ ਕੋਸ਼ਿਸ਼ ਕਰਾਂਗੀ। ਅਗਰ ਆਪਾਂ ਨੈਨੀ ਵੀਜ਼ਾ ਦੀ ਗੱਲ ਕਰੀਏ ਤਾਂ ਨੈਨੀ ਐਗਜੈਕਟਲੀ ਹੈ ਕਿ ਨੈਨੀ ਇੱਕ ਟ੍ਰੇਨਡ ਪ੍ਰੋਫੈਸ਼ਨਲ ਹੈ, ਠੀਕ ਹੈ। ਟ੍ਰੇਨਡ ਪ੍ਰੋਫੈਸ਼ਨਲ ਮਤਲਬ ਜਿਸ ਨੂੰ ਪ੍ਰੋਫੈਸ਼ਨਲੀ ਟ੍ਰੇਨ ਕੀਤਾ ਗਿਆ, ਠੀਕ ਹੈ, ਜਿਸ ਦੇ ਲਈ ਕੈਨੇਡਾ ਨੇ ਦੋ ਕੈਟੇਗਰੀਜ਼ ਓਪਨ ਕੀਤੀਆਂ ਹੋਈਆਂ, ਹੋਮ ਚਾਈਲਡ ਕੇਅਰ ਐਂਡ ਹੋਮ ਸਪੋਰਟ ਵਰਕਰ, ਠੀਕ ਹੈ, ਯਾਨੀ ਬੱਚਿਆਂ ਦੀ ਕੇਅਰ ਲਈ ਔਰ ਐਲਡਰਲੀ ਦੀ ਕੇਅਰ ਲਈ। ਇਸ ਲਈ ਕੈਨੇਡਾ ਨੇ ਇੱਕ ਕੈਪ ਲਾ ਦਿੱਤਾ ਕਿ 2750 ਸੀਟਾਂ ਤੁਹਾਡੀ ਈਚ ਕੋਟੇ ਦੇ ਵਿੱਚ ਆਉਣੀਆਂ, ਚਾਈਲਡ ਦੇ ਲਈ ਵੀ 2750 ਔਰ ਐਲਡਰਲੀ ਦੇ ਲਈ 2750, ਟੋਟਲ 5500, ਠੀਕ ਹੈ। ਇਹ ਹਰ ਸਾਲ, ਮਤਲਬ ਇਹ ਉਹਨਾਂ ਨੇ ਕੈਪ ਲਾ ਦਿੱਤਾ ਕਿ ਹਰ ਸਾਲ 5500 ਫਾਈਲ ਉੱਥੇ ਲੱਗੇਗੀ, ਹਰ ਸਾਲ ਉਹ ਐਕਸੈਪਟ ਕਰਨਗੇ। ਦੈਨ ਉੱਥੇ ਤੁਸੀਂ ਜਾ ਕੇ ਜਦੋਂ 2 ਸਾਲ ਨੈਨੀ ਦਾ ਕੰਮ ਕਰਦੇ ਹੋ ਤਾਂ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਕੈਨੇਡੀਅਨ PR ਦੇ ਲਈ, ਕਿਉਂਕਿ ਉਹ ਤੁਹਾਨੂੰ ਨਾਲ ਹੀ ਦੇ ਰਹੇ ਹੈ, ਠੀਕ ਹੈ। ਸਾਨੂੰ ਕਾਲ ਜਾਂਦੀ ਮੈਡਮ ਸਪਾਊਸ ਦੇ ਬੱਚੇ ਨਾਲ ਜਾਣਗੇ, ਬਿਲਕੁਲ ਸਪਾਊਸ ਔਰ ਬੱਚਿਆਂ ਦੀ ਫਾਈਲ ਵੀ ਇਕੱਠੇ ਲੱਗਦੀ ਹੈ। ਜੇ ਤੁਹਾਡੇ ਤੁਸੀਂ ਐਲੀਜੀਬਲ ਹੋ, ਤੁਸੀਂ ਆਪਣੀ ਜਦੋਂ ਫਾਈਲਿੰਗ ਕਰਦੇ ਹੋ ਤਾਂ ਤੁਹਾਡੇ ਸਪਾਊਸ ਦੇ ਅਤੇ ਤੁਹਾਡੇ ਬੱਚਿਆਂ ਦੇ ਡਾਕੂਮੈਂਟਸ ਵੀ ਨਾਲ ਜਾਣਗੇ। ਇਸਦਾ ਜਿਹੜਾ ਐਲੀਜੀਬਿਲਿਟੀ ਕ੍ਰਾਈਟੇਰੀਆ ਹੈ, ਵੈਸੇ ਤਾਂ ਮੈਂ ਪੁਰਾਣੀ ਵੀਡੀਓਜ਼ ਦੇ ਵਿੱਚ ਵੀ ਆਪਣੇ ਪਾਇਆ ਹੋਇਆ, ਤੁਸੀਂ ਉਹ ਵੀ ਦੇਖ ਸਕਦੇ ਹੋ ਬਹੁਤ ਡਿਟੇਲ ਲਈ, ਬਟ ਮੈਂ ਤੁਹਾਨੂੰ ਮੋਟਾ ਮੋਟਾ ਦੱਸ ਦਿੰਦੀ ਹਾਂ ਬਾਈ ਐਂਡ ਲਾਰਜ। ਇਸ ਦੇ ਵਿੱਚ ਐਲੀਜੀਬਿਲਿਟੀ ਦਾ +2 ਬੇਸਿਸ 'ਤੇ ਨੈਨੀ ਦੀ ਵੀਜ਼ਾ ਨਹੀਂ ਲੱਗਦਾ, ਬੀ ਵੈਰੀ ਕਲੀਅਰ, ਠੀਕ ਹੈ। ਬੱਚੇ ਸਾਡੇ ਕੋਲ ਕਾਲ ਕਰਦੇ, ਮੈਮ +2 ਦੇ ਕੀਤੀ ਹੋਈ ਹੈ ਅਤੇ ਅੱਗੇ ਅਸੀਂ ਸਟੱਡੀ ਵੀਜ਼ਾ 'ਤੇ ਨਹੀਂ ਜਾਣਾ ਚਾਹੁੰਦੇ, ਨੈਨੀ ਦੇ ਵੀਜ਼ਾ 'ਤੇ ਜਾਣਾ ਚਾਹੁੰਦੇ ਹਾਂ। ਰਾਜੀ, +2 ਦੇ ਬੇਸਿਸ 'ਤੇ ਤੁਹਾਡਾ ਨੈਨੀ ਵੀਜ਼ਾ ਨਹੀਂ ਲੱਗਦਾ। ਨੈਨੀ ਵੀਜ਼ਾ ਲਈ ਐਲੀਜੀਬਿਲਿਟੀ ਅਕੈਡਮਿਕਸ ਚਾਹੀਦੀ ਹੈ ਪੋਸਟ ਸੈਕੰਡਰੀ, ਦੈਟ ਮੀਨਸ +2 ਤੋਂ ਬਾਅਦ ਯੂ ਸ਼ੁੱਡ ਹੈਵ ਡਨ ਸਮ ਡਿਪਲੋਮਾ ਔਰ ਡਿਗਰੀ ਵਿਚ ਸ਼ੁੱਡ ਬੀ ਇਕੁਅਲੈਂਟ ਟੂ 13 ਈਅਰਸ, ਯਾਨੀ 13 ਸਾਲ ਦੇ ਇਕੁਅਲੈਂਟ ਤੁਹਾਡੀ ਜਿਹੜੀ ਵੀ ਡਿਗਰੀ ਜਾਂ ਡਿਪਲੋਮਾ ਤੁਸੀਂ ਕੀਤਾ ਕਿਸੇ ਵੈਲਿਡ ਯੂਨੀਵਰਸਿਟੀ ਤੋਂ ਉਹ ਮੰਨੀ ਜਾਏਗੀ। ਇਸ ਦੇ ਵਿੱਚ ਤੁਹਾਡਾ ਜਿਹੜਾ ਆ ਜਾਂਦਾ ਹੈ ਐਕਸਪੀਰੀਅੰਸ 1 ਸਾਲ ਦਾ, ਉਹ ਤੁਸੀਂ ਨਾਲ ਲਾਓਗੇ। ਦੈਨ ਤੁਹਾਡਾ ਸਰਟੀਫਾਈਡ ਕੋਰਸ ਤੁਸੀਂ ਨਾਲ ਕੀਤਾ ਹੋਇਆ ਉਹ ਵੀ ਦਿਖਾਓਗੇ। ਸਰਟੀਫਾਈਡ ਕੋਰਸ ਦੇ ਉੱਤੇ ਵੀ ਮੈਂ ਇੱਕ ਗੱਲ ਕਰਾਂਗੀ, ਬਹੁਤ ਸਟੂਡੈਂਟਸ ਹੈ ਜਿਹੜੇ ਕਿਤੇ ਤੋਂ ਸਰਟੀਫਿਕੇਟ ਬਣਵਾ ਰਹੇ ਹੈ, ਲਗਾ ਰਹੇ ਹੈ ਬਿਨਾਂ ਉਸ ਸੈਂਟਰ ਨੂੰ ਚੈੱਕ ਕੀਤੇ। ਜੇ ਤੁਸੀਂ ਬਿਨਾਂ ਸੈਂਟਰ ਨੂੰ ਚੈੱਕ ਕੀਤੇ ਸਰਟੀਫਿਕੇਟ ਲੈ ਕੇ ਸਿਰਫ ਆਪਣੀ ਫਾਈਲ ਦੇ ਵਿੱਚ ਲਾ ਦਿੱਤਾ, ਉਹ ਸਰਟੀਫਿਕੇਟ ਵੈਲਿਡ ਹੈ ਜਾਂ ਨਹੀਂ ਹੈ ਅੰਬੈਸੀ ਚੈੱਕ ਕਰੇਗੀ, ਬਟ ਤੁਸੀਂ ਚੈੱਕ ਅਗਰ ਨਹੀਂ ਕੀਤਾ ਤਾਂ ਉਹ ਇੱਕ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ। ਤਾਂ ਕੋਈ ਵੀ ਫੇਕ ਸਰਟੀਫਿਕੇਟ, ਕੋਈ ਵੀ ਐਸੀ ਚੀਜ਼ ਨਾ ਲਾਓ ਆਪਣੀ ਫਾਈਲ ਦੇ ਵਿੱਚ ਜਿਹੜੀ ਤੁਹਾਡੀ ਫਾਈਲ ਨੂੰ ਕਮਜ਼ੋਰ ਕਰਦੀ। ਸਿਰਫ ਜੈਨੂਨ ਸੈਂਟਰਸ ਜਿਹੜੇ ਹੈਗੇ ਆ, ਗਵਰਨਮੈਂਟ ਅਪਰੂਵਡ ਸੈਂਟਰਸ ਜਿਨ੍ਹਾਂ ਦਾ ਸਰਟੀਫਿਕੇਟ ਗਵਰਨਮੈਂਟ ਅਪਰੂਵਡ ਹੈ ਐਂਡ ਇੰਟਰਨੈਸ਼ਨਲੀ ਵੈਲਿਡ ਹੈ, ਉਹ ਸਰਟੀਫਿਕੇਟਸ ਹੀ ਲਾਉਣ ਦਾ ਤੁਹਾਡੇ ਫਾਇਦਾ ਹੈ, ਉਹੀ ਤੁਹਾਡੇ ਫਾਈਲ ਨੂੰ ਵੈਲਿਊ ਐਡ ਆਨ ਕਰਨਗੇ, ਅਦਰਵਾਈਜ਼ ਉਹ ਨੈਗੇਟਿਵ ਕਰ ਦੇਣਗੇ ਤੁਹਾਡੀ ਫਾਈਲ ਨੂੰ। ਤਾਂ ਇਹ ਬਹੁਤ ਸੋਚ ਸਮਝ ਕੇ ਲਗਾਓ।
ਨੈਕਸਟ ਆ ਗਿਆ ਜੀ ਤੁਹਾਡਾ CLB ਕੈਨੇਡੀਅਨ ਲੈਂਗੁਏਜ ਬੈਂਚਮਾਰਕ। ਆਈਲੈਟਸ ਦੇ ਵਿੱਚ ਜੇ ਤੁਹਾਡੇ 5 ਬੈਂਡ ਹੈਗੇ ਹੈ, 5 ਈਚ ਚਾਹੀਦੇ ਹੈ, ਕੋਸ਼ਿਸ਼ ਤਾਂ ਇਹ ਕਰੋ ਕਿ 6 ਲੈ ਕੇ ਆਓ, ਤੁਹਾਡੀ ਫਾਈਲ ਨੂੰ ਹੋਰ ਮਜ਼ਬੂਤੀ ਮਿਲੇਗੀ, ਅੱਛਾ ਤੁਹਾਡਾ ਲੈਵਲ ਬਣੇਗਾ। ਬਟ ਅਗਰ ਨਹੀਂ ਤਾਂ 5 ਈਚ ਤਾਂ ਤੁਸੀਂ ਜ਼ਰੂਰ ਲਗਾਓ, ਠੀਕ ਹੈ। 5 ਈਚ ਆਈਲੈਟਸ ਦੇ ਵਿੱਚ ਵੀ ਜਰਨਲ ਕਰਨੀ ਹੈ ਤੁਸੀਂ, ਠੀਕ ਹੈ। ਉਸ ਤੋਂ ਬਾਅਦ ਜਦੋਂ ਤੁਸੀਂ ਕੁਛ ਡਾਕੂਮੈਂਟਸ ਤੁਹਾਡੇ ਇੰਪਲੋਇਰ ਦੇ ਲੱਗਦੇ ਹੈ, ਇੰਪਲੋਇਰ ਦੀ ਕੁਛ ਐਲੀਜੀਬਿਲਿਟੀ ਕ੍ਰਾਈਟੀਰੀਆ, ਅਗੈਨ ਤੁਸੀਂ ਮੈਨੂੰ ਜਦੋਂ ਸਬਸਕ੍ਰਾਈਬ ਕਰੋਗੇ ਤਾਂ ਮੇਰੀ ਪੁਰਾਣੀ ਵੀਡੀਓਜ਼ ਦੇ ਵਿੱਚ ਤੁਸੀਂ ਬਹੁਤ ਡਿਟੇਲ ਦੇ ਵਿੱਚ ਇੰਪਲੋਇਰ ਦੀ ਐਲੀਜੀਬਿਲਿਟੀ ਕ੍ਰਾਈਟੀਰੀਆ ਦੇਖ ਸਕਦੇ ਹੋ। ਜੇਕਰ ਤੁਹਾਡੇ ਕੋਲ ਇੰਪਲੋਇਰ ਨਹੀਂ ਹੈ, ਸਾਨੂੰ ਬਹੁਤ ਕਾਲਸ ਆਉਂਦੇ ਕਿ ਮੈਮ ਸਾਡੇ ਕੋਲ ਸਪੋਂਸਰ ਨਹੀਂ ਹੈ, ਸਪੋਂਸਰ ਨੂੰ ਆਪਾਂ ਇੰਪਲੋਇਰ ਕਹਿੰਦੇ ਹਾਂ, ਸਾਡੇ ਕੋਲ ਇੰਪਲੋਇਰ ਨਹੀਂ ਹੈ ਤਾਂ ਅਸੀਂ ਕੀ ਕਰੀਏ। ਦੇਖੋ ਅਸੀਂ ਸਾਡੇ ਕੋਲ ਕਈ ਵਾਰ ਇੰਪਲੋਇਰਸ ਦੇ ਕਾਲ ਆ ਜਾਂਦੇ ਆ, ਸਾਡੇ ਕੋਲ ਕਈ ਵਾਰ ਇੰਪਲੋਇਰਸ ਹੁੰਦੇ ਹੈ ਜਿਹੜਾ ਕਿ ਅਸੀਂ ਆਪਣੇ ਸਟੂਡੈਂਟਸ ਨੂੰ ਫਰੀ ਆਫ ਚਾਰਜ ਦਿੰਦੇ ਹਾਂ, ਅਸੀਂ ਉਸਦੇ ਕੋਈ ਚਾਰਜਿਸ ਨਹੀਂ ਲੈਂਦੇ ਕਿਉਂਕਿ ਅਸੀਂ ਬਹੁਤ ਜੈਨੂਅਨ ਇੰਪਲੋਇਰਸ ਨਾਲ ਹੀ ਡੀਲ ਕਰਦੇ ਹਾਂ। ਅਤੇ ਅਗਰ ਤੁਹਾਡੇ ਕੋਲ ਤੁਸੀਂ ਵੀ ਇੰਪਲੋਇਰ ਦੀ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਅਤੇ ਤੁਸੀਂ ਨੈਨੀ ਦਾ ਕੋਰਸ ਕਰਨਾ ਚਾਹੁੰਦੇ ਹੋ, ਅਸੀਂ ਆਪਣੇ ਸਟੂਡੈਂਟਸ ਨੂੰ ਫਰੀ ਇੰਪਲੋਇਰ ਵੀ ਦਿੰਦੇ ਹਾਂ। ਜੇ ਸਾਡੇ ਕੋਲ ਹੁੰਦਾ ਅਸੀਂ ਫਰੀ ਇੰਪਲੋਇਰ ਦਿੰਦੇ ਹਾਂ, ਪਰ ਸਿਰਫ ਆਪਣੇ ਸਟੂਡੈਂਟਸ ਨੂੰ। ਉਸ ਤੋਂ ਬਾਅਦ ਤੁਹਾਡਾ ਜਿਹੜਾ ਜੇ ਤੁਸੀਂ ਇੰਪਲੋਇਰ ਦੇ ਡਾਕੂਮੈਂਟਸ ਨਾਲ ਲਾਉਂਦੇ ਹੋ, ਇੰਪਲੋਇਰ ਵੀ ਜੈਨੂਅਨ ਹੋਣਾ ਚਾਹੀਦਾ। ਜੈਨੂਅਨ ਦੇ ਵਿੱਚ ਇਹ ਨਾ ਹੋਏ ਕਿ ਇੱਕ ਇੰਪਲੋਇਰ ਨੇ 3-4 ਬੰਦਿਆਂ ਨੂੰ ਉਹ ਕੀਤਾ ਹੋਇਆ, ਸਪੋਂਸਰ ਕੀਤਾ ਹੋਇਆ, ਫਿਰ ਉਹ ਐਮਬੈਸੀ ਨੂੰ ਤਾਂ ਡੈਫੀਨੇਟਲੀ ਪਤਾ ਚੱਲ ਜਾਂਦਾ ਹੈ। ਅਤੇ ਇਹ ਜੇ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇੱਕ ਵਾਰ ਕਾਲ ਕਰ ਸਕਦੇ ਹੋ, ਅਸੀਂ ਤੁਹਾਨੂੰ ਇਸਦਾ ਥੋੜ੍ਹਾ ਜਿਹਾ ਹੱਲ ਦੱਸ ਦਾਂਗੇ ਕੀ ਸਲਿਊਸ਼ਨ ਹੋ ਸਕਦਾ। ਓਕੇ, ਜਦ ਤੁਸੀਂ ਸਾਰੇ ਡਾਕੂਮੈਂਟ ਆਪਣੇ ਅਕੈਡਮਿਕਸ, ਇੰਪਲੋਇਰ ਦੇ, ਹੈ ਨਾ, ਆਪਣੀ ਫੈਮਿਲੀ ਦੇ ਸਾਰੇ ਜਦੋਂ ਇਕੱਠੇ ਕਰ ਲੈਂਦੇ ਹੋ ਤਾਂ ਤੁਹਾਡੀ ਇੱਕ ਫਾਈਲ ਬਣਦੀ ਹੈ। ਇਹ ਫਾਈਲ ਨੂੰ ਤੁਸੀਂ ਔਨਲਾਈਨ, ਅੱਜ ਕੱਲ੍ਹ ਔਨਲਾਈਨ ਚੱਲ ਰਹੀ ਹੈ 2022 ਤੋਂ ਬਾਅਦ, ਤਾਂ ਔਨਲਾਈਨ ਅਪਲਾਈ ਕਰਦੇ ਹੋ। ਜਦੋਂ ਤੁਸੀਂ ਇਹ ਡਾਕੂਮੈਂਟ ਨੂੰ ਔਨਲਾਈਨ ਅਪਲਾਈ ਕਰਦੇ ਹੋ, ਤੁਹਾਨੂੰ ਇੱਕ ਈ ਨੰਬਰ ਮਿਲਦਾ, ਠੀਕ ਹੈ। ਈ ਨੰਬਰ ਮਤਲਬ ਤੁਹਾਨੂੰ ਪਰਮਾਨੈਂਟ ਫਾਈਲ ਨੰਬਰ ਇਸ਼ੂ ਹੋ ਗਿਆ, ਦੈਟ ਮੀਨਸ ਤੁਹਾਡੀ ਫਾਈਲ ਦਾ ਪ੍ਰੋਸੈਸ ਹੋਣਾ ਸ਼ੁਰੂ ਹੋ ਗਿਆ, ਠੀਕ ਹੈ। ਜਦੋਂ ਈ ਨੰਬਰ ਮਿਲ ਜਾਂਦਾ, ਉਸ ਤੋਂ ਬਾਅਦ ਤੁਸੀਂ ਆਪਣੀ ਮੇਲਸ ਚੈੱਕ ਕਰਦੇ ਰਹੋ, ਉਸ ਮੇਲ ਦੇ ਵਿੱਚ ਕੋਈ ਅਪਡੇਟ ਹੁੰਦਾ ਜਾਂ ਤੁਹਾਡੇ ਤੋਂ ਕੋਈ ਅੰਬਾਸੀ ਕੁਛ ਚਾਹੁੰਦੀ ਹੈ, ਕੁਛ ਅਪਡੇਟ ਲੈਣਾ ਚਾਹੁੰਦੀ ਹੈ, ਤੁਹਾਨੂੰ ਮੇਲਸ ਕਰਦੀ ਹੈ, ਠੀਕ ਹੈ। ਉਹ ਮੇਲਸ ਰੂਟੀਨ ਦੇ ਵਿੱਚ ਜ਼ਰੂਰ ਚੈੱਕ ਕਰੋ ਆਪਣੀ ਫਾਈਲ ਦੇ ਵਿੱਚ। ਆਪਾਂ ਕਈ ਵਾਰ ਕਹਿ ਦਿੰਦੇ ਨਾ ਕੰਸਲਟੈਂਟ ਨੇ ਆਪਣੀ ਮੇਲ ਪਾਈ ਹੈ, ਬਟ ਮੈਂ ਰਿਕਮੈਂਡ ਕਰਾਂਗੀ ਜੇ ਤੁਸੀਂ ਆਪਣੀ ਫਾਈਲ ਲੌਂਚ ਕਰਾ ਰਹੇ ਹੋ ਤਾਂ ਫੋਨ ਨੰਬਰ ਐਂਡ ਈਮੇਲ ਆਈਡੀ ਆਪ ਦੀ ਦਿਓ ਔਰ ਉਸ ਈਮੇਲ ਨੂੰ ਚੈੱਕ ਕਰਦੇ ਰਹੋ, ਠੀਕ ਹੈ। ਉਸ ਤੋਂ ਬਾਅਦ ਜੇ ਤੁਹਾਨੂੰ ਈ ਨੰਬਰ ਇਸ਼ੂ ਹੋ ਜਾਂਦਾ, ਉਸਦੇ ਥਰੂ ਤੁਸੀਂ ਆਪਣੀ ਫਾਈਲ ਨੂੰ ਟਰੈਕ ਆਊਟ ਕਰ ਸਕਦੇ ਹੋ। ਤੁਸੀਂ ਐਮਬਾਸੀ ਦੀ ਵੈਬਸਾਈਟ 'ਤੇ ਜਾ ਕੇ ਉਹ ਫਾਈਲ ਨੰਬਰ ਪਾ ਕੇ ਆਪਣਾ ਸਟੇਟਸ ਦੇਖ ਸਕਦੇ ਹੋ, ਤੁਹਾਡੀ ਫਾਈਲ ਕਿੱਥੇ ਹੈ, ਕਿ ਉਹ ਪ੍ਰੋਸੈਸ ਹੋ ਰਹੀ ਹੈ, ਅਪਡੇਸ਼ਨ ਦੇ ਵਿੱਚ ਕਿੱਥੇ ਹੈ, ਤਾਂ ਉਹ ਤੁਸੀਂ ਚੈੱਕ ਕਰ ਸਕਦੇ ਹੋ। ਉਸ ਤੋਂ ਬਾਅਦ ਕਈ ਸਟੂਡੈਂਟਸ ਸਾਡੇ ਕੋਲ ਕਾਲ ਆ ਰਹੀ ਹੈ ਕਿ ਮੈਮ ਸਾਨੂੰ ਐਕਸੀ ਨੰਬਰ ਆਇਆ। ਸੀ, ਐਕਸੀ ਨੰਬਰ ਦਾ ਮਤਲਬ ਹੈ ਕਿ ਤੁਹਾਨੂੰ ਟੈਂਪਰੇਰੀ ਨੰਬਰ ਆਇਆ। ਟੈਂਪਰੇਰੀ ਨੰਬਰ ਦਾ ਮਤਲਬ ਤੁਸੀਂ ਜਾਂ ਤਾਂ ਕੋਈ ਡਾਕੂਮੈਂਟ ਪ੍ਰੋਪਰਲੀ ਸਬਮਿਟ ਨਹੀਂ ਕੀਤਾ, ਜਾਂ ਜਿਸ ਉੱਪਰ ਟੈਂਪਰੇਰੀ ਨੰਬਰ ਕਹਿੰਦੇ ਹਾਂ ਐਕਸੀ ਨੰਬਰ, ਜਾਂ ਫਿਰ ਤੁਹਾਡੇ ਕੋਈ ਫਾਈਲ, ਤੁਹਾਡੇ ਫਾਈਲ ਦੇ ਵਿੱਚ ਕੋਈ ਡਾਕੂਮੈਂਟ ਮਿਸਿੰਗ ਹੈ ਜਾਂ ਇਮਪ੍ਰੋਪਰ ਹੈ, ਠੀਕ ਹੈ। ਅਗਰ ਤੁਹਾਨੂੰ ਮੇਲ ਜਾਂਦੀ ਹੈ ਕਿ ਸਾਨੂੰ ਇਹ ਡਾਕੂਮੈਂਟ ਭੇਜ ਦਿਓ, ਤਾਂ ਤੁਹਾਨੂੰ ਵਿਦਇਨ ਟਾਈਮ ਲਿਮਿਟ ਉਹ ਡਾਕੂਮੈਂਟ ਭੇਜ ਦਿਓ, ਠੀਕ ਹੈ। ਤਾਂ ਐਕਸੀ ਨੰਬਰ ਕਨਵਰਟ ਹੋ ਜਾਂਦਾ ਈ ਨੰਬਰ ਦੇ ਵਿੱਚ, ਤਾਂ ਈ ਨੰਬਰ ਤੁਹਾਡਾ ਪਰਮਾਨੈਂਟ ਫਾਈਲ ਨੰਬਰ ਰਹਿੰਦਾ, ਜਦੋਂ ਤੱਕ ਤੁਹਾਡੀ ਫਾਈਲ ਜਾ ਰਹੀ ਹੈ ਤੁਹਾਡਾ ਉਹੀ ਨੰਬਰ ਰਹੇਗਾ। ਕਈ ਔਰ ਕੋਈ ਵੀ ਫੇਕ ਡਾਕੂਮੈਂਟ ਪਲੀਜ਼ ਨਾ ਲਗਾਉਣਾ, ਕਿਉਂਕਿ ਉਸਦੇ ਵਿੱਚ ਤੁਹਾਨੂੰ ਬਾਅਦ 'ਚ ਬਹੁਤ ਜ਼ਿਆਦਾ ਪ੍ਰੋਬਲਮ ਆ ਸਕਦੀ ਹੈ, ਤਾਂ ਪਲੀਜ਼ ਉਹ ਚੀਜ਼ ਨੂੰ ਤੁਸੀਂ ਆਪ ਸਿਆਣੇ ਹੋ। ਉਸ ਤੋਂ ਬਾਅਦ ਕਈ ਸਟੂਡੈਂਟਸ ਦੇ ਕਾਲ ਆ ਰਹੇ ਹੈ ਕਿ ਮੈਮ ਸਾਡਾ ਤਾਂ 2021 ਦੇ 20 ਦੇ ਵਿੱਚ ਵੀ, ਹੈ ਨਾ, 2022 ਦੇ ਵਿੱਚ ਤਾਂ ਜਲਦੀ ਆ ਰਹੇ, ਜਿਨ੍ਹਾਂ ਨੇ ਹੁਣੀ ਆਪਣੇ ਫਾਈਲ ਲੌਂਚ ਕਰਾਈ ਸੀ, ਵਿਦਇਨ ਨੋ ਟਾਈਮ, ਵਿਦਇਨ 4-5 ਮਹੀਨੇ ਦੇ ਵਿੱਚ ਉਹਨਾਂ ਦਾ ਈ ਨੰਬਰ ਆ ਗਿਆ,
ਅਤੇ ਇਹ ਕੀ ਹੈ? ਦੇਖੋ 2022 ਦੇ ਵਿੱਚ ਜਿਹੜੀ ਵੀ ਫਾਈਲਸ ਲੱਗੀਆਂ ਉਹਨਾਂ ਦੇ ਸਭ ਕੁਛ ਔਨਲਾਈਨ ਐਪਲੀਕੇਸ਼ਨਸ 'ਤੇ ਲੱਗਿਆ, ਠੀਕ ਹੈ, ਸਭ ਕੁਛ ਔਨਲਾਈਨ ਐਕਸੈਪਟ ਹੋ ਰਹੀ ਹੈ, ਦੇ ਆਰ ਨੋਟ ਗੋਇੰਗ ਮੈਨੂਅਲੀ, ਉਹ ਮੈਨੂਅਲੀ ਫਾਈਲਸ ਨਹੀਂ ਜਾ ਰਹੀਆਂ। 2019, 2020, 2021 ਵਾਲੇ ਜਿਹੜੇ ਸਟੂਡੈਂਟਸ ਸੀਗੇ ਉਹਨਾਂ ਨੇ ਕਿ ਕਈ ਸਟੂਡੈਂਟਸ ਨੇ ਮੈਨੂਅਲੀ ਫਾਈਲ ਲਾਈ ਹੈ। ਮੈਨੂਅਲੀ ਫਾਈਲ 'ਤੇ ਜਦੋਂ ਫਾਈਲ ਜਾਊਗੀ ਫਿਰ ਅੱਗੇ ਚੈੱਕ ਹੋਏਗਾ, ਤਾਂ ਮੈਨੂਅਲੀ ਫਾਈਲ 'ਤੇ ਇਟ ਟੇਕਸ ਟਾਈਮ, ਠੀਕ ਹੈ। ਬਾਕੀ ਤੁਸੀਂ ਜੋ ਵੀ ਤੁਹਾਡਾ ਸਟੇਟਸ ਹੈ, ਠੀਕ ਹੈ, ਮੇਰਾ ਤਾਂ ਇਹ ਜਨਰਲਾਈਜ਼ ਵੀਡੀਓ ਹੈ, ਠੀਕ ਹੈ। 2019 ਜਾਂ 20 ਜਾਂ 21 ਦੇ ਵਿੱਚ ਜੇ ਤੁਹਾਡਾ ਕੁਛ ਪੈਂਡਿੰਗ ਪਿਆ ਹੈ ਤਾਂ ਤੁਸੀਂ ਜਿਹਨਾਂ ਤੋਂ ਵੀ ਫਾਈਲ ਲਗਾਈ ਹੈ ਉਹਨਾਂ ਤੋਂ ਡਿਟੇਲ ਲੈ ਸਕਦੇ ਹੋ ਵੀ ਤੁਹਾਡੀ ਫਾਈਲ ਮੈਨੂਅਲੀ ਲੱਗੀ ਹੈ ਕਿ ਉਹ ਈ ਮਤਲਬ ਕੰਪਿਊਟਰਾਈਜ਼ਡ ਹੈ, ਔਨਲਾਈਨ 'ਤੇ ਲੱਗੀ ਹੈ। ਤਾਂ ਉਸਦੇ ਅਕੋਰਡਿੰਗਲੀ ਤੁਸੀਂ ਆਪਣਾ ਸਟੇਟਸ ਚੈੱਕ ਕਰ ਸਕਦੇ ਹੋ, ਉਹਨਾਂ ਤੋਂ ਈ ਨੰਬਰਸ ਲੈ ਸਕਦੇ ਹੋ, ਖੁਦ ਜਾ ਕੇ ਐਮਬਾਸੀ ਦੀ ਵੈਬਸਾਈਟ 'ਤੇ ਚੈੱਕ ਕਰ ਸਕਦੇ ਹੋ, ਆਪਣੇ ਕੰਸਲਟੈਂਟ ਨੂੰ ਪੁੱਛ ਸਕਦੇ ਹੋ ਕਿ ਕਿੱਥੇ ਜਾ ਕੇ ਚੈੱਕ ਕਰਨਾ, ਉਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ, ਉਹ ਤੁਹਾਨੂੰ ਜ਼ਰੂਰ ਦੱਸਣਗੇ, ਠੀਕ ਹੈ। ਜੇ ਕੁਛ ਵੀ ਹੋਰ ਪੁੱਛਣਾ ਚਾਹੁੰਦੇ ਹੋ ਸਾਨੂੰ ਤਾਂ ਤੁਸੀਂ ਸਾਨੂੰ ਨੀਚੇ ਲਿਖੇ ਨੰਬਰ 'ਤੇ ਕਾਲ ਕਰ ਸਕਦੇ ਹੋ। ਅਸੀਂ ਤੁਹਾਨੂੰ ਸਰਟੀਫਾਈਡ ਨੈਨੀ ਕੋਰਸ ਕਰਵਾ ਰਹੇ ਹਾਂ, ਜਿਹੜਾ ਕਿ ਤੁਸੀਂ 6 ਮੰਥਸ ਦਾ ਵੀ ਸਾਡੇ ਕੋਲ, 1 ਈਅਰ ਦਾ ਵੀ ਸਾਡੇ ਕੋਲ। ਤੁਸੀਂ ਸਾਨੂੰ ਕਾਲ ਕਰਕੇ ਉਹਨਾਂ ਦੀ ਫਰੀ ਡੈਮੋ ਲੈ ਸਕਦੇ ਹੋ। ਜਿੰਨੀ ਡਿਟੇਲ ਤੁਸੀਂ ਲੈਣਾ ਚਾਹੁੰਦੇ ਹੋ ਕੋਈ ਨੈਨੀ ਕੋਰਸ ਬਾਰੇ, ਅਸੀਂ ਨੈਨੀ ਦਾ ਕੋਰਸ ਹੁਣ ਸਾਡੇ ਬੈਚਸ ਸ਼ੁਰੂ ਹੋ ਰਹੇ, ਤੁਸੀਂ ਸਾਨੂੰ ਕਦੀ ਵੀ ਕਾਲ ਕਰਕੇ ਪੁੱਛ ਸਕਦੇ ਹੋ, ਅਤੇ ਸਾਡੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਸੋ ਦੈਟ ਜਿੰਨੀ ਅਪਡੇਟ ਵੀਡੀਓਜ਼ ਮੈਂ ਪਾ ਸਕਦੀ ਹਾਂ, ਤੁਹਾਡੀ ਇਨਫੋਰਮੇਸ਼ਨ ਜਾਂ ਤੁਹਾਡੇ ਲਈ ਕੋਈ ਫਾਇਦੇਮੰਦ ਹੋ ਸਕਦੀ ਹੈ, ਤਾਂ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ। ਔਰ ਥੈਂਕ ਯੂ ਸੋ ਮੱਚ।